ਤਾਂ ਮਾਮਲਾ ਸਾਹਮਣੇ ਆਉਂਦਾ ਹੈ ਦਸੂਹਾ ਤੋਂ, ਜਿੱਥੇ ਦਸੂਹਾ ਪੁਲਿਸ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਪੀਏ ਬਣ ਕੇ ਗਣਪਤੀ ਵੈਸਟਰਨ ਯੂਨੀਅਨ ਦੇ ਮਾਲਕ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀ ਜੋ ਹੈ ਪੁਲਿਸ ਤੇ ਕਾਬੂ ਕੀਤੇ। ਉਹਨਾਂ ਦੇ ਵੱਲੋਂ ਇੱਕ ਲੜਕੀ ਵੀ ਮੌਜੂਦ ਸੀ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲੇ ਵਿਅਕਤੀ ਦਾ ਨਾਂ ਪਲਵਿੰਦਰ ਸਿੰਘ ਹੈ ਅਤੇ ਇਸਦੀ ਸਾਥਣ ਨਿਤਾਸ਼ਾ ਮੋਹਾਲੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਠੱਗੀਆਂ ਮਾਰੀਆਂ ਹਨ, ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੇ ਸਾਬਕਾ IG ਕੰਵਰ ਵਿਜੇ ਪ੍ਰਤਾਪ ਸਿੰਘ, ਜੋ ਅੰਮ੍ਰਿਤਸਰ ਤੋਂ ਵਿਧਾਇਕ ਵੀ ਹਨ, ਉਹਨਾਂ ਦੇ BA ਬਣ ਕੇ ਵੀ ਠੱਗੀ ਮਾਰੀ ਸੀ ਨਾ। ਦੋਵਾਂ ਠੱਗਾਂ ਨੂੰ ਦਿੱਲੀ ਦੇ ਇੱਕ ਹੋਟਲ ਦੀ 12ਵੀਂ ਮੰਜ਼ਿਲ ਤੋਂ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਦੱਸ ਦਈਏ ਕਿ ਇਹ ਬੇਹੱਦ ਹੀ ਜ਼ਿਆਦਾ ਗੰਭੀਰ ਮਸਲਾ ਹੈ, ਜਿੱਥੇ ਕਿ PA ਬਣ ਕੇ ਲੋਕਾਂ ਨੂੰ, ਜੋ ਪੋਲੇ ਭਾਲੇ ਲੋਕ ਨੇ, ਉਹਨਾਂ ਨੂੰ ਠੱਗੀ ਬਣਾਇਆ ਮਾਰੀ ਜਾਂਦੀ, ਉਹਨਾਂ ਨੂੰ ਨਿਸ਼ਾਨਾ ਜੋ ਬਣਾਇਆ ਜਾਂਦਾ ਹੈ। ਦੱਸ ਦਈਏ ਕਿ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜੋ ਹੈ ਸਾਹਮਣੇ ਆਉਂਦਾ ਹੈ ਸੁੰਦਰ ਸ਼ਾਮ ਅਰੋੜਾ ਦਾ। ਦੱਸੀਏ ਕਿ ਬਠਿੰਡਾ ਤੋਂ ਵਿਧਾਇਕ ਹੁੰਦੇ ਨੇ ਅਤੇ ਇਹਨਾਂ ਦੇ PA ਬਣ ਕੇ ਜੋ ਅਸਲ ਦੇ ਵਿੱਚ ਰਿਸ਼ਵਤ ਲਈ ਜਾਂਦੀ ਹੈ ਅਤੇ ਅੱਜ ਉਹ PA ਸਲਾਖਾ ਦੇ ਪਿੱਛੇ ਡੱਕਿਆ ਹੁੰਦਾ ਹੈ। ਅੱਜ ਤੁਹਾਨੂੰ ਸੁਣਾਉਂਦੇ ਕਿ ਕੁਛ ਕਹਿਣਾ ਹੈ ਪੁਲਿਸ ਦਾ। ਸਾਡੇ ਮਾਨਯੋਗ MLA ਸਾਹਿਬ ਕਰਮਵੀਰ ਸਿੰਘ ਜੀ ਘੁੰਮਣ ਹਲਕਾ ਦਸੂਹਾ ਦੇ MLA, ਜਿਨ੍ਹਾਂ ਦਾ ਇੱਕ ਵਿਅਕਤੀ ਨਾਂ ਲੈ ਕੇ ਇਲਾਕੇ ਦੇ ਅਲੱਗ ਅਲੱਗ ਲੋਕਾਂ ਨਾਲ ਠੱਗੀਆਂ ਮਾਰਦਾ ਸੀ ਵੀ ਮੈਨੂੰ ਪੈਸੇ ਚਾਹੀਦੇ ਨੇ, MLA ਸਾਹਿਬ ਨੇ ਕਿਹਾ PA ਬਣ ਕੇ, ਜਿਹਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 94 27/5/2023 ਅੰਡਰ ਸੈਕਸ਼ਨ 419 420 170 IPC ਦੇ ਤਹਿਤ ਮੁਕੱਦਮਾ ਫੌਰੀ ਤੌਰ 'ਤੇ ਦਰਜ ਕਰਕੇ ਅਲੱਗ ਅਲੱਗ ਪੁਲਿਸ ਪਾਰਟੀਆਂ ਬਣਾ ਕੇ ਅਲੱਗ ਅਲੱਗ ਇਲਾਕਿਆਂ 'ਤੇ ਵੇਚ, ਜਿੱਥੋਂ ਦੀ ਵੀ ਉਹਦੀ ਸੂਚਨਾ ਪ੍ਰਾਪਤ ਹੋ ਰਹੀ ਸੀ। ਜਿਸ ਵੀ ਦੋਸ਼ੀ ਉੱਤੇ ਅਸੀਂ 28/5 ਨੂੰ ਸਵੇਰੇ ਨਵੀਂ ਦਿੱਲੀ ਹੋਟਲ ਲੀਲਾ ਹੋਟਲ ਦੇ ਵਿੱਚੋਂ ਜਾ ਕੇ ਇਹ ਬੰਦਾ 12ਵੀਂ ਮੰਜ਼ਿਲ ਤੋਂ ਗ੍ਰਿਫਤਾਰ ਕੀਤਾ, ਜਿਹੜਾ ਹੋਟਲ ਦੇ ਵਿੱਚ ਕਮਰਾ ਲੈ ਕੇ, ਇਹਦੇ ਨਾਲ ਇੱਕ ਲੜਕੀ, ਇਹਦਾ ਦੋਸ਼ੀ ਦਾ ਨਾਮ ਹੈ ਭੁਲਿੰਦਰ ਸਿੰਘ, ਭੁਲਿੰਦਰ ਸਿੰਘ ਸਾਨਾ ਬਲਦੇਵ ਸਿੰਘ, ਵਾਸੀ ਹਾਊਸ ਨੰਬਰ 888 ਫੇਸ 7 ਮੋਹਾਲੀ ਥਾਣਾ ਮਟੌਰ ਦਾ ਇਹ ਰਹਿਣ, ਅਤੇ ਲੜਕੀ ਜਿਹੜੀ ਨਿਤਾਸ਼ਾ ਰਾਣੀ, ਪੁੱਤਰੀ ਦੀਪਕ ਕੁਮਾਰ, ਬਸਤੀ ਗੁਰੂ ਕਰਮ ਸਿੰਘ ਕਲੋਨੀ ਗੁਰੂ ਹਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ, ਜੋ ਵੀ ਇਹਦੇ ਨਾਲ ਇਹ ਮਿਲ ਕੇ ਠੱਗੀਆਂ ਮਾਰਦੇ ਸੀ। ਪੰਜਾਬ ਦੇ ਵਿੱਚ ਹੋਰ ਵੀ ਕਈ ਜਗ੍ਹਾ 'ਤੇ ਇਹਨਾਂ ਨੇ ਠੱਗੀਆਂ ਮਾਰੀਆਂ ਨੇ, ਜਿਨ੍ਹਾਂ ਦੇ ਹੋਰ ਵੀ ਅਸੀਂ ਅੱਜ ਪਹਿਲਾਂ ਵੀ ਕੱਲ੍ਹ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ, ਦਿੱਲੀ ਲਾਈਨਸ ਦਾ ਪੇਸ਼ ਕੀਤਾ ਸੀ, ਅਤੇ ਅੱਜ ਜੱਜ ਸਾਹਿਬ ਦੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹੋ ਲਿਆ, ਤਾਂ ਜੋ ਹੋਰ ਵੀ ਜਿਹਨੇ ਇਹਨੇ ਅਲੱਗ ਅਲੱਗ ਇਲਾਕੇ ਦੇ ਵਿੱਚ ਠੱਗੀਆਂ ਮਾਰੀਆਂ ਨੇ, ਜਿਹਦਾ ਖੁਲਾਸਾ ਹੋ ਸਕੇ। ਇਹਨਾਂ ਰੀਸੈਂਟਲੀ ਮੁਕੱਦਮਾ ਨੰਬਰ 113/27/5/2023 ਇਸੇ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਸਾਡੇ ਮਾਨਯੋਗ ਸਾਬਕਾ IG ਸਾਹਿਬ ਖੁਬਰੇ ਵਿਜੇ ਪ੍ਰਤਾਪ ਜੀ, ਜੋ MLA ਅੰਮ੍ਰਿਤਸਰ ਤੋਂ ਨੇ, ਉਹਨਾਂ ਦਾ ਨਾਮ ਲੈ ਕੇ ਵੀ ਉੱਥੇ ਲੋਕਾਂ ਨੇ ਠੱਗੀਆਂ ਮਾਰੀਆਂ ਸੀ, ਉੱਥੇ ਮੁਕੱਦਮਾ ਦਰਜ ਸੀ, ਅਤੇ ਉਹ ਵੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਇਸੇ ਸੇਮ ਨੰਬਰ ਤੋਂ ਠੱਗੀ ਮਾਰੀ ਸੀ। ਦੋਸ਼ੀ ਦੇ ਖਿਲਾਫ਼ ਅਸੀਂ ਜੇ ਲੋੜ ਪਈ ਤਾਂ ਹੋਰ ਵੀ ਪੁਲਿਸ ਰਿਮਾਂਡ ਲਿਆ ਜਾਊਗਾ, ਅਤੇ ਹੋਰ ਜੋ ਵੀ ਚੀਜ਼ਾਂ ਨੇ ਜਿੱਥੇ ਜਿੱਥੇ ਠੱਗੀਆਂ ਮਾਰੀਆਂ ਉਹਦਾ ਅਸੀਂ ਸਪਸ਼ਟ ਕਰਕੇ ਹੋਰ ਕੰਮ ਅਮਲ ਵਿੱਚ ਲਿਆਵਾਂਗੇ, ਤਾਂ ਜੋ ਵਾਧਾ ਜੁਰਮ ਦਾ ਬਣਦਾ ਹੋਵੇ ਤਾਂ ਵਾਧਾ ਵੀ ਕਰਾਂਗੇ, ਹੋਰ ਵੀ ਜੋ ਕਾਰਵਾਈ ਕਰਨੀ ਹੋਈ ਉਹ ਵੀ ਕੀਤੀ ਜਾਵੇਗੀ। ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਬੇਹੱਦ ਹੀ ਚਿੰਤਾ ਦਾ ਵਿਸ਼ਾ, ਜਿੱਥੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਜੋ ਇਹ ਸ਼ਾਤਰ ਅੰਸਰ ਬਣਾ ਰਹੇ ਨੇ। ਉੱਥੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਪਿਛਲੇ ਦਿਨੀ ਕਾਫੀ ਜ਼ਿਆਦਾ ਇਹ ਮਸਲਾ ਵੀ ਉਠਾਇਆ ਗਿਆ ਸੀ ਕਿ ਜੋ ਵਿਧਾਇਕਾਂ ਦੇ PA ਹੁੰਦੇ ਆ ਉਸਨੂੰ ਜਾਂ ਤਾਂ ਜਨਤਕ ਕਰਨਾ ਚਾਹੀਦਾ, ਜਾਂ ਤਾਂ ਪਬਲਿਕਲੀ ਦੱਸਣਾ ਚਾਹੀਦਾ ਹੈ ਕਿ ਕਿਸੇ ਵਿਧਾਇਕ ਦਾ ਕੀ ਕਿਉਂ PA ਹੈ, ਕਿਉਂਕਿ ਅਜਿਹੇ ਜੋ ਵਿਧਾਇਕਾਂ ਦੇ ਨਾਂ ਲੈ ਕੇ, ਇੱਕ ਤਾਂ ਵਿਧਾਇਕਾਂ ਦਾ ਜੋ ਨਾਂ ਹੈ ਉਸਨੂੰ ਬਦਨਾਮ ਕੀਤਾ ਜਾਂਦਾ ਹੈ ਅਤੇ ਦੂਸਰਾ ਉਹਨਾਂ ਦੇ ਨਾਂ 'ਤੇ ਠੱਗੀ ਮਾਰੀ ਜਾਂਦੀ ਹੈ। ਬੇਹੱਦ ਹੀ ਗੰਭੀਰ ਮਸਲਾ ਹੈ, ਪੁਲਿਸ ਇਸ ਪੂਰੇ ਮਸਲੇ 'ਤੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਦਸੂਹਾ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।